ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਖੈਰ ਮਕਦਮ ਤੇ ਇਸਤਿਕਬਾਲ। ਮੈਂ ਹਾਂ ਜੀ ਤੁਹਾਡੀ ਆਪਣੀ ਅੰਸ਼ੂ ਉਰਫ ਪ੍ਰੀਤੋ ਸਾਹਨੀ, ਤੇ ਅੱਜ ਦਾ ਸਾਡਾ ਇਹ ਬੇਹੱਦ ਖਾਸ ਐਪੀਸੋਡ ਹੈ ਉਹਨਾਂ ਲੋਕਾਂ ਦੇ ਲਈ ਜੋ ਕਿ ਸਟੱਡੀ ਵੀਜ਼ਾ, ਸਪਾਊਸ ਵੀਜ਼ਾ, ਟੂਰਿਸਟ ਵੀਜ਼ਾ ਜਾਂ ਫਿਰ PR ਲੈ ਕੇ ਵਿਦੇਸ਼ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਨੇ, ਤੇ ਉਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਭ ਤੋਂ ਜ਼ਿਆਦਾ ਭਰੋਸੇਮੰਦ ਨਾਮ ਬਣ ਚੁੱਕੇ ਨੇ ਗਗਨ ਘੁੰਮਣ ਤੇ ਅਮਨ ਘੁੰਮਣ, ਜੋ ਕਿ ਆਸਟ੍ਰੇਲੀਆ ਦੇ ਵਿੱਚ ਰਜਿਸਟਰਡ ਮਾਰਾ ਏਜੰਟ ਹੋਣ ਦੇ ਨਾਲ ਨਾਲ ਇਮੀਗ੍ਰੇਸ਼ਨ ਲਾਅ ਐਕਸਪਰਟ ਨੇ, ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਵੀਜ਼ਾ ਐਕਸਪਰਟ ਵੀ। ਇਹਨਾਂ ਦੀ ਪੂਰੀ ਟੀਮ ਹੁਣੇ ਤੱਕ 25,000 ਤੋਂ ਵੀ ਵੱਧ ਲੋਕਾਂ ਦਾ ਭਵਿੱਖ ਸਵਾਰ ਚੁੱਕੀ ਹੈ, ਤੇ ਸਭ ਤੋਂ ਖਾਸ ਗੱਲ ਇਹ ਹੈ ਫ੍ਰੀ ਵੀਜ਼ਾ, ਯਾਨੀ ਕਿ ਇੰਡੀਆ ਦੇ ਵਿੱਚ ਰਹਿੰਦੇ ਹੋਏ ਵੀਜ਼ਾ ਪ੍ਰਾਪਤ ਕਰਨ ਤੱਕ ਦੀਆਂ ਸਾਰੀਆਂ ਸਰਵਿਸਿਜ਼, ਤੇ ਪੋਸਟ ਵੀਜ਼ਾ ਯਾਨੀ ਕਿ ਜਿਸ ਮੁਲਕ ਦਾ ਵੀਜ਼ਾ ਮਿਲਿਆ ਹੈ ਉੱਥੇ ਪੱਕੇ ਹੋਣ ਤੱਕ PR ਮਿਲਣ ਤੱਕ ਦੀਆਂ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ। IAE ਗਲੋਬਲ ਦੇ 60 ਤੋਂ ਵੀ ਜ਼ਿਆਦਾ ਆਫਿਸਿਜ਼ ਨੇ, ਜਿਸ ਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰੋਪ ਤੇ ਕੈਨੇਡਾ ਵਰਗੇ ਦੇਸ਼ ਸ਼ਾਮਿਲ ਹੋਣ ਦੇ ਨਾਲ ਨਾਲ ਏਸ਼ੀਆ ਦੇ ਵੀ ਕਈ ਸਾਰੇ ਦੇਸ਼ ਸ਼ਾਮਿਲ ਨੇ। ਲੋਕਾਂ ਦੇ ਵਿੱਚ ਭਰੋਸਾ ਬਣਾ ਚੁੱਕੇ ਗਗਨ ਘੁੰਮਣ ਤੇ ਅਮਨ ਘੁੰਮਣ ਦੀ ਸਭ ਤੋਂ ਜ਼ਿਆਦਾ ਖਾਸ ਗੱਲ ਹੈ ਇਹਨਾਂ ਦੀ ਐਕਸਪਰਟ ਐਡਵਾਈਸ ਦੇ ਨਾਲ ਨਾਲ ਇਹਨਾਂ ਦੀ ਇਮਾਨਦਾਰ ਤੇ ਨੇਕ ਸਲਾਹ। ਨੋ ਹਿਡਨ ਚਾਰਜਿਸ ਤੇ ਨਾਲ ਹੀ ਨਾਲ ਕੁਇਕ ਐਂਡ ਈਜ਼ੀ ਵੀਜ਼ਾ ਵਿਦ 100% ਟ੍ਰਾਂਸਪੇਰੈਂਸੀ, ਇਹੀ ਹੈ ਖਾਸ ਗੱਲ IAE ਗਲੋਬਲ ਦੀ, ਤੇ ਇਸ ਦੀ ਗਵਾਹੀ ਭਰਦੇ ਨੇ ਉਹ ਹਜ਼ਾਰਾਂ ਹੀ ਸਟੂਡੈਂਟਸ ਜਿਨ੍ਹਾਂ ਦਾ ਵੀਜ਼ਾ ਆਲਰੇਡੀ ਲੱਗ ਚੁੱਕਾ ਹੈ, ਤੇ ਇਸ ਦਾ ਰਿਵਿਊ ਤੁਸੀਂ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਵੀ ਦੇਖ ਸਕਦੇ ਹੋ। ਦੋਸਤੋ, ਜੇਕਰ ਤੁਸੀਂ ਵੀ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਫਿਰ ਕੈਨੇਡਾ ਦੇ ਵਿੱਚ ਕਿਸ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਦਾਖਲਾ ਲਿੱਤਾ ਜਾਵੇ ਤਾਂ ਕਿ ਤੁਹਾਨੂੰ ਆਸਾਨੀ ਦੇ ਨਾਲ PR ਮਿਲ ਸਕੇ, ਤਾਂ ਇੱਕ ਰਜਿਸਟਰਡ ਏਜੰਟ ਦੀ ਸਲਾਹ ਜ਼ਰੂਰ ਲਓ।